ਜਿਵੇਂ ਆਪਾਂ ਹੁਣ ਇੱਕ ਐਗਜ਼ਾਮਪਲ ਦੇਖੀਏ ਸਕਰੀਨ ਦੇ ਉੱਤੇ, ਯੂ ਨੀਡ ਅ ਲਾਇਬ੍ਰੇਰੀ ਕਾਰਡ ਟੂ ਐਂਟਰ ਦਾ ਲਾਇਬ੍ਰੇਰੀ, ਸਿੰਪਲ ਜਿਹਾ ਸੈਂਟੈਂਸ ਹੈ, ਤੁਸੀਂ ਇਹਨੂੰ 50% ਕਵਰ ਕਰਨਾ ਹੈ ਐਜ਼ ਪਰ ਕੰਪਿਊਟਰ। ਜੇ ਤੁਸੀਂ ਬੋਲਦੇ ਹੋ ਯੂ ਨੀਡ ਅ ਲਾਇਬ੍ਰੇਰੀ ਕਾਰਡ, 50% ਕਵਰ ਕਰਤਾ, ਕੰਟੈਂਟ ਦੋ ਆ ਗਏ, ਪ੍ਰੋਨਾਂਸੀਏਸ਼ਨ ਫਲੂਐਂਸੀ ਵਧੀਆ। ਹੁਣ ਸੈਕਿੰਡ ਤੁਸੀਂ ਐਂਡ ਤੋਂ ਵੀ ਬੋਲ ਸਕਦੇ ਹੋ, ਕਾਰਡ ਟੂ ਐਂਟਰ ਦਾ ਲਾਇਬ੍ਰੇਰੀ, ਇਹ ਵੀ ਠੀਕ ਹੈ। ਗਲਤੀ ਕੀ ਹੁੰਦੀ ਹੈ ਮੈਂ ਤੁਹਾਨੂੰ ਇਹ ਦੱਸਦਾ, ਮੈਂ ਹੁਣ ਏ ਦੀ ਜਗ੍ਹਾ ਦੇ ਉੱਤੇ ਜੇ ਬਾਏ ਚਾਂਸ ਮੈਂ ਦਾ ਬੋਲਦਾ ਤਾਂ ਕੋਈ ਮਿਸਟੇਕ ਹੈ? ਤੁਹਾਨੂੰ ਨਹੀਂ ਲੱਗਦਾ ਕੋਈ ਮਿਸਟੇਕ ਹੈ, ਬਟ ਸੁਣ ਕੇ ਦੇਖੋ। ਪੀਅਰਸਨ ਦਾ ਚੈਕਿੰਗ ਕ੍ਰਾਈਟੀਰੀਆ ਦੱਸਦਾ ਵੀ ਜੇ ਤੁਸੀਂ ਸ਼ਫਲ ਕਰਦੇ ਹੋ ਤਾਂ ਤੁਹਾਡਾ ਕੰਟੈਂਟ ਪਾਰਟ ਉੱਥੋਂ ਹੀ ਉਹ ਚੈੱਕ ਕਰਨਾ ਬੰਦ ਕਰ ਦਿੰਦਾ। ਹੁਣ ਤੁਸੀਂ ਕਹਤਾ ਯੂ ਨੀਡ ਦਾ ਲਾਇਬ੍ਰੇਰੀ ਕਾਰਡ ਟੂ ਐਂਟਰ ਦਾ ਲਾਇਬ੍ਰੇਰੀ, ਐਕਚੁਅਲ 'ਚ ਕੀ ਹੋਇਆ, ਆਹ ਵਾਲਾ ਦਾ ਸੀ ਜਿਹੜਾ ਉਹ ਇੱਥੇ ਆ ਗਿਆ, ਦਾ ਤੋਂ ਬਾਅਦ ਕੰਪਿਊਟਰ ਅੱਗੇ ਭਾਲਦਾ ਸੀ ਕੋਈ ਅਗਲਾ ਵਰਡ ਬੋਲਿਆ ਹੋਊਗਾ, ਤੁਸੀਂ ਕਹਤਾ ਜੀ ਦਾ ਲਾਇਬ੍ਰੇਰੀ, ਸੋ ਕੰਪਿਊਟਰ ਦੇਖੂਗਾ ਯੂ ਨੀਡ ਦਾ ਲਾਇਬ੍ਰੇਰੀ, ਉਦੋਂ ਬਾਅਦ ਉਹਨੂੰ ਕੁਛ ਨਹੀਂ ਮਿਲਿਆ, ਹੁਣ ਉਹ ਬੈਕ ਚੈੱਕ ਨਹੀਂ ਕਰਦਾ। ਸੋ 1, 2, 3, 4 ਵਰਡਸ ਹੀ ਰਹਿ ਗਏ ਜੀ ਤੁਹਾਡੇ, ਤੁਹਾਨੂੰ ਲੱਗਦਾ ਸੀ ਤੁਸੀਂ 90% ਬੋਲਿਆ ਜਾਂ 100% ਬੋਲਿਆ ਹੈ, ਤੁਹਾਡੇ ਕੰਟੈਂਟ ਦਾ ਸਕੋਰ ਦੇਖੋ 50% ਤੋਂ ਵੀ ਥੱਲੇ ਹੈ, ਤੁਹਾਡੇ ਕੰਟੈਂਟ ਦਾ ਜਸਟ 1 ਸਕੋਰ ਆਊਗਾ। ਸੋ ਇਹੋ ਜਿਹੀਆਂ ਚੀਜ਼ਾਂ ਨੂੰ ਨੋਟ ਕਰਨਾ ਸ਼ੁਰੂ ਕਰੋ, ਆਪਦੇ ਆਪ ਨੂੰ ਅਸੈਸ ਕਰੋ। ਸ਼ਾਰਟ ਵੀਡੀਓ ਇਸੇ ਚੀਜ਼ ਲਈ ਸੀ, ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਸਬਸਕ੍ਰਾਈਬ ਕਰਕੇ ਅੱਗੇ ਜ਼ਰੂਰ ਕਰ ਦਿਆ ਕਰੋ ਇਹਨੂੰ ਫੋਰਵਰਡ, ਤਾਂ ਕਿ ਲੋਕਾਂ ਤੱਕ ਇਹ ਚੀਜ਼ ਪਹੁੰਚੇ। ਬਹੁਤ ਬੱਚੇ ਦੁਖੀ ਹੈ ਰਿਪੀਟ ਸੈਂਟੈਂਸਿਸ ਨੂੰ ਲੈ ਕੇ, 50% ਬੋਲਣ ਨਾਲ ਸਕੋਰ ਬਹੁਤ ਵਧੀਆ ਆਉਂਦੇ ਆ, ਬਟ ਆਵਾਜ਼ ਨੂੰ ਸਹੀ ਰੱਖੋ, ਬੋਲਣ ਦਾ ਤਰੀਕਾ ਸਹੀ ਕਰੋ। ਮਿਲਦੇ ਨੈਕਸਟ ਵੀਡੀਓ 'ਚ।